ਦੇਖੋ ਬੈਂਕ ਜਾ ਰਹੇ ਨੇ ਜੀ, ਅਸੀਂ ਵੀ ਹੁਣ ਬੈਠੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ, ਧੰਨ ਗੁਰੂ ਨਾਨਕ ਦੀ ਕਿਰਪਾ ਨਾਲ ਬੈਂਕ ਜਾ ਰਹੇ ਨੇ, ਤੁਹਾਨੂੰ ਵਿਖਾ ਰਹੇ ਹਾਂ। रूस वालों जड़े यूक्रेन ते हमला किए गए उसके बाद जड़े हिंदुस्तान के बच्चे उत्थे नौकरी ले पढ़ाई ले गए हैं उन्हें वो प्रभावित हुए हैं। समाणा उपमंडल का पिंड तलवंडी मलक जिथे असी बैठे हैं उस परिवार के विच वीरेंद्र सिंह आज तो 4 साल पहला अपने कामकाज के लिए परिवार की खुशहाली के लिए यूक्रेन गया, लेकिन हुण रूस वालों जो हमला किया गया उस दे नाल परिवार से किस तरह की चिंता है, गलबात करते हैं उसके पिता जी नाल। 4 साल हो गए जी गए ना जी, काम वास्ते गया सी, घरेलू अपने लोड़ां होंदियां ही ने ते जां ते उत्थे सेटिंग मैटिंग हो जाए तां वी ठीक ने, जे वापस आ जाए चिंता बहुत है सानू। ਨਹੀਂ ਜਿਹੜੀ ਹੁਣ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਮੰਨ ਲਓ ਕੋਈ ਫੋਨ ਆਉਂਦਾ ਫਿਰ ਕਿਸੇ ਦੱਸਦੇ ਤੁਹਾਨੂੰ? ਹੁਣ ਤਾਂ ਦੂਜਾ ਪੋਲੈਂਡ ਦੇ ਬਾਰਡਰ 'ਤੇ ਦੱਸਦਾ, ਇੱਥੋਂ ਯੂਕਰੇਨ 'ਚੋਂ ਅੱਗੇ ਨਿਕਲ ਗਏ। ਕਿੰਨੀ ਠੰਡ ਪੈ ਰਹੀ ਹੈ ਬਾਰਡਰ 'ਤੇ? ਠੰਡ ਉੱਥੇ ਬਹੁਤ ਜ਼ਿਆਦਾ ਹੈ ਜੀ ਠੰਡ, ਇੱਥੋਂ ਨਾਲ ਤਾਂ ਬਹੁਤ ਜ਼ਿਆਦਾ, 2 ਹਿੱਸੇ ਜ਼ਿਆਦਾ ਠੰਡ ਜ਼ਿਆਦਾ ਜ਼ਿਆਦਾ। ਅਤੇ ਉੱਥੇ ਰਹਿਣ ਖੁੱਲ੍ਹੇ 'ਚ ਰਹਿ ਰਹੇ ਬੱਚੇ? ਖੁੱਲ੍ਹੇ ਰਹਿ ਰਹੇ ਜੀ, ਹੋਰ ਉੱਥੇ ਕਿਹੜਾ ਕੋਈ ਘਰ ਹੈ ਜਾਂ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਿਹੜੇ ਬੱਚੇ ਆਪਣੇ ਪੰਜਾਬ ਦੇ ਹੈ, ਹਰਿਆਣੇ ਦੇ, ਹਿਮਾਚਲ ਦੇ ਹੈ, ਇਹਨਾਂ ਹਾਲਾਤਾਂ 'ਚ ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹ ਕਰਨਾ ਜਾਂ ਵਾਪਸ ਭੇਜ ਦੇਣ ਅਤੇ ਜਾਂ ਉੱਥੇ ਕੰਮ ਉਹਨਾਂ ਨੂੰ ਅੱਗੇ ਭੇਜ ਦੇਣ। ਸੁਖਜੀਤ, ਸੁਖਜੀਤ ਤੁਹਾਡੇ ਦੇਵਰ ਗਏ ਸੀ ਉੱਥੇ, ਤੁਹਾਡੀ ਮੈਰਿਜ ਤੋਂ ਪਹਿਲਾਂ ਗਏ ਬਾਅਦ 'ਚ ਗਏ? ਸਾਡੀ ਮੈਰਿਜ ਤੋਂ ਬਾਅਦ ਵਿੱਚ ਗਏ। ਫੋਨ ਆਉਂਦਾ ਕੀ ਦੱਸ ਰਿਹਾ ਤੁਹਾਨੂੰ ਜੀ? ਫੋਨ ਆਉਂਦਾ ਏ, ਉਹ ਆਪ ਤਾਂ ਕਹਿੰਦੇ ਨੇ ਵੀ ਇਹਨਾਂ ਨੂੰ ਫਿਕਰ ਨਾ ਹੋਏ ਵੀ ਅਸੀਂ ਠੀਕ ਹਾਂ, ਤੁਸੀਂ ਟੈਨਸ਼ਨ ਨਹੀਂ ਲੈਣੀ, ਠੀਕ ਹਾਂ ਅਸੀਂ। ਹਾਂਜੀ ਇੱਦਾਂ ਕਹਿੰਦੇ ਨੇ। ਵੈਸੇ ਟੈਂਸ ਕਹਿੰਦੇ ਆ, ਹੌਸਲਾ ਦੇ ਰਿਹਾ ਤੁਹਾਨੂੰ? ਹਾਂਜੀ। ਤੁਸੀਂ ਕੀ ਕਹਿ ਰਹੇ ਹੋ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਉੱਥੇ, ਇਸ ਤਰ੍ਹਾਂ ਦੇ ਲੜਾਈ ਹਾਲਾਤ ਤਾਂ ਹੁਣ ਜੀ ਆਪਾਂ ਨਿਊਜ਼ ਪੇਪਰ 'ਚ ਪੜ੍ਹ ਰਹੇ ਹਾਂ, ਟੀ ਵੀ 'ਚ ਦੇਖ ਰਹੇ ਹਾਂ, ਵੀਡੀਓ ਨੈੱਟ 'ਤੇ ਆਈ ਜਾ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਹੀ ਰਿਹਾ ਸਾਰਾ ਕੁਛ ਵੇਖ ਵੇਖ ਕੇ। ਹਾਂਜੀ ਫਿਕਰ ਤਾਂ ਹੋ ਰਹੀ, ਟੈਨਸ਼ਨ ਵੀ ਹਾਂਜੀ ਹੈਗੀ ਹੈ। ਗੁਰਵਿੰਦਰ ਸਿੰਘ ਜੀ, ਗੁਰਵਿੰਦਰ ਜੀ ਵੀਰੇਂਦਰ ਸਿੰਘ ਨੂੰ ਜਦ ਤੁਹਾਡੇ ਫਾਦਰ ਸਾਹਿਬ ਨੇ ਭੇਜਿਆ, ਕੀ ਸੋਚ ਕੇ ਭੇਜਿਆ, ਕਿਸ ਤਰ੍ਹਾਂ ਕਿ ਕਿੰਨੀ ਪੜ੍ਹਾਈ ਕਰਕੇ ਇੱਥੋਂ ਉੱਥੇ ਗਿਆ, ਉਹ ਕੀ ਉੱਥੇ ਕੰਮ ਵਾਸਤੇ ਗਿਆ, ਪੜ੍ਹਾਈ ਵਾਸਤੇ ਗਿਆ? ਉਹ ਬਸ ਆਪਣੀ ਰੋਜ਼ੀ ਰੋਟੀ ਹੁਣ ਆਪਣੇ ਹੈ ਹੀ ਨੇ, ਆਪਣੇ ਘਰਾਂ ਦੇ ਹੁੰਦੇ ਹੀ ਨੇ, ਹੈ ਨਾ ਜੀ, ਅਤੇ ਬਸ ਕੰਮ ਲਈ ਗਿਆ ਸੀ ਜੀ। 2018 'ਚ ਭੇਜਿਆ ਸੀ ਅਸੀਂ, ਅਤੇ ਕਿੰਨਾ ਕੁ ਪੈਸਾ ਖਰਚ ਕਰਕੇ ਭੇਜਿਆ? ਲੱਗ ਗਿਆ ਸੀ 6-7 ਲੱਖ ਰੁਪਇਆ ਜੀ। ਇੱਥੇ ਕੀ ਹਮਲਾ ਕੀਤਾ ਰਾਜਧਾਨੀ ਕੀਵ 'ਤੇ ਜੀ, ਉੱਥੇ ਹੀ ਸੀ ਇਹ, ਉੱਥੋਂ 40 ਕਿਲੋਮੀਟਰ ਦੂਰ ਸੀ ਮਤਲਬ, ਅਤੇ ਜਿਸ ਟਾਈਮ ਹੋਇਆ ਸਾਰੀ ਗੱਲ, ਹਾਂ ਦੱਸਿਆ ਉਹਨੇ, ਉਹਨੇ ਦੱਸਿਆ ਵੀ ਇੱਥੇ ਹਾਲਾਤ ਵਿਗੜਦੇ ਨੇ ਪਏ, ਵੀ ਫੌਜਾਂ ਲੱਗ ਗਈਆਂ ਸੜਕਾਂ 'ਤੇ, ਟੈਂਕ ਫਿਰ ਰਹੇ ਨੇ ਇੱਥੇ, ਅਤੇ ਮਤਲਬ ਕਿ ਡਰੇ ਹੋਏ ਸਨ ਜਿੰਨੇ ਵੀ ਮੁੰਡੇ ਹੁਣ। ਅਤੇ ਫਿਰ ਉਹਨਾਂ ਜਦੋਂ ਦੇਖਿਆ ਜਦੋਂ ਰਾਤ ਨੂੰ ਹਮਲਾ, ਜਦੋਂ ਇਹਨਾਂ ਮਜ਼ੈਲਾਂ ਮਜੂਲਾਂ ਸਿੱਟਤੀਆਂ ਸ਼ਹਿਰ ਦੇ, ਫਿਰ ਉਹ ਉੱਥੋਂ ਲਵੀਵ ਚਲੇ ਗਏ, ਫਿਰ ਉਹ 600-700 ਕਿਲੋਮੀਟਰ ਦੂਰ ਹੈ ਜੋ, ਅਤੇ ਉੱਥੇ ਜਾ ਕੇ ਫਿਰ ਹੁਣ ਉਹ ਪੋਲੈਂਡ ਦੇ ਬਾਰਡਰ 'ਤੇ ਨੇ ਬਾਰਡਰ। ਮਹਾਰਾਜ ਜੀ ਲੱਖਾਂ ਦੇ ਹਿਸਾਬ ਨਾਲ ਕੋਈ ਪੈਦਲ ਨੇ, ਕੋਈ ਆਪਣੀ ਗੱਡੀਆਂ 'ਚ ਨੇ, ਜਿਨ੍ਹਾਂ ਕੋਲ ਹੈਗੇ ਹਨ ਸਾਧਨ ਜੀ, ਬਹੁਤ ਬੁਰਾ ਹਾਲ ਹੈ ਜੀ। ਵੇਖੋ ਜੀ ਰੋਜ਼ੀ ਰੋਟੀ ਲਈ ਗਿਆ, ਮੰਗ ਤਾਂ ਇਹੀ ਕਰਨੀ ਆ, ਜਾਂ ਤਾਂ ਉਹਨਾਂ ਦਾ ਅੱਗੋਂ ਦਾ ਕਿਤੇ ਵੀ ਬਣੇ ਹੋਰ ਕੱਢਣ, ਜਿਵੇਂ ਪੋਲੈਂਡ ਵਗੈਰਾ ਜਿੰਨੇ ਵੀ ਨਾਲ ਬਾਰਡਰ ਲੱਗਦੇ ਨੇ ਕੰਟਰੀਆਂ ਯੂਰਪ ਦੀਆਂ ਲੱਗਦੀਆਂ ਨੇ ਸਾਰੀਆਂ ਜੀ, ਜਾਂ ਉੱਧਰ ਦਾ ਬੱਚਿਆਂ ਦਾ ਬਣਾਉਣ, ਜਾਂ ਫਿਰ ਜੇ ਨਹੀਂ ਕਿਤੇ ਬਣਦਾ ਜੀ ਉੱਥੇ ਫਿਰ ਖੱਜਲ ਖਰਾਬ ਹੁੰਦੇ ਨੇ ਵੀ, ਜਾਂ ਫਿਰ ਵਾਪਸ ਆਉਣ ਜੀ ਬੱਚੇ। ਇਹ ਤਾਂ ਫਿਰ ਸਰਕਾਰ ਦੀ ਹੁਣ ਢਿੱਲੇ ਜੀ, ਫਿਰ ਐਂ ਤਾਂ ਫਿਰ ਹੁਣ ਜਿਨ੍ਹਾਂ ਦੇ ਬੱਚੇ ਫਸੇ ਨੇ ਉਹਨਾਂ ਨੂੰ ਪਤਾ ਜਾਣਾ ਜੀ, ਉਹ ਤਾਂ ਹੁਣ ਕੀ ਬੀਤਦੀ ਵੀ ਉਹਨਾਂ 'ਤੇ ਹੁਣ। 4-4 ਦਿਨ ਹਮਲੇ ਦਾ ਤੁਹਾਡੇ ਪਰਿਵਾਰ 'ਚ ਮਤਲਬ ਕਿਸ ਤਰ੍ਹਾਂ ਦੀ ਚਿੰਤਾ ਪਰਿਵਾਰ ਨੂੰ? ਬਹੁਤ ਚਿੰਤਾ ਜੀ, 5-5 ਮਿੰਟ ਬਾਅਦ 2-2 ਮਿੰਟ ਬਾਅਦ ਫੋਨ ਕਰਨੇ ਆ ਜੀ ਅਸੀਂ, ਤਾਂ ਕਿਵੇਂ ਆ ਮਾਹੌਲ, ਕੀ ਆ ਉੱਥੇ, ਧਿਆਨ ਰੱਖੀ ਆਪਣਾ, ਕੋਈ ਕੱਪੜਾ ਨਹੀਂ ਪਾਉਣ ਨੂੰ ਕੋਲ ਹੀ ਹੈਗਾ ਬਸ, ਇੱਥੇ ਜਿਹੜਾ ਪਾਇਆ ਉਹੀ ਹੈ ਕੱਪੜੇ, ਬਸ ਜਿਹੜੇ ਪਾ ਰੱਖੇ ਹੋਈ ਆ, ਵੀ ਸਮਾਨ ਸਮੂਹ ਪਿੱਛੇ ਹੀ ਰਹਿ ਗਿਆ ਸਾਰਾ। ਵੀਰੇਂਦਰ ਸਿੰਘ ਤਲਵੰਡੀ ਦੇ ਪਰਿਵਾਰ ਦੇ ਵਿੱਚ ਚਿੰਤਾ ਹੈ ਕਿ ਉਹਨਾਂ ਦਾ ਬੱਚਾ ਉੱਥੇ ਪੋਲੈਂਡ ਦੇ ਬਾਰਡਰ 'ਤੇ, ਉੱਥੇ ਹਾਲਾਤ ਇਹ ਹੈ ਕਿ ਉਹਨਾਂ ਕੋਲ ਕੱਪੜੇ ਵੀ ਨਹੀਂ ਹੈ, ਜਿਹੜੀ ਡਰੈਸ ਉਹਨਾਂ ਪਾਈ ਹੈ ਉਹਨੀ ਕੱਪੜਿਆਂ ਦੇ ਵਿੱਚ ਉੱਥੇ ਬਾਰਡਰ 'ਤੇ ਖੜ੍ਹੇ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਾਲ ਦੀ ਸਰਕਾਰਾਂ ਜਿਹੜੀ ਪੋਲੈਂਡ ਹੈ, ਨੀਦਰਲੈਂਡ ਹੈ ਜਾਂ ਹੋਰ ਰੋਮਾਨੀਆ ਹੈ, ਉਹਨ ਸਰਕਾਰਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਅੱਗੇ ਉਹਨੂੰ ਵਧਾਇਆ ਜਾਵੇ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।